ਉਸ ਤੋਂ ਬਾਅਦ ਅਸੀਂ ਪੰਚਾਇਤ ਨੂੰ ਦਿਖਾਇਆ ਰਾਮਾਪੁਰ ਥਾਣੇ ਨੂੰ ਬੁਲਾਇਆ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਵੀ ਜੋ ਵੀ ਦੋਸ਼ੀ ਹੈ ਉਹਨੂੰ ਸਖ਼ਤ ਦਿੱਤੀ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ। ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਜੀ। ਮੇਰੇ ਚਾਚੇ ਦਾ ਲੜਕਾ ਸੀਗਾ ਜੀ, ਭਗਵਾਨ ਸਿੰਘ ਹੈ ਜੀ, 19-20 ਸਾਲ ਦਾ ਲੜਕਾ ਜੀ। ਉਹ 3 ਦਿਨ ਹੋ ਗਏ ਜੀ ਘਰੋਂ ਲਾਪਤਾ ਸੀਗਾ, ਅਤੇ ਲਾਪਤਾ ਚੱਲ ਅਸੀਂ ਕਹਿ ਦਿੰਦੇ ਸੀ ਵੀ ਚੱਲ ਯਾਰਾਂ ਦੋਸਤਾਂ ਕੋਲ ਪੈ ਜਾਂਦਾ। ਅਤੇ ਅਸੀਂ 18 ਤਰੀਕ ਨੂੰ ਦੇਖਿਆ ਕਿਸੇ ਸਾਡੇ ਗਵਾਂਢ ਦੀ ਛੱਤ 'ਤੇ ਉਹਦੀ ਲਾਸ਼ ਪਈ ਸੀ ਖੁੱਡੇ ਦੇ ਵਿੱਚ। ਅਤੇ ਜਦੋਂ ਅਸੀਂ ਦੇਖਿਆ ਉਹਨੂੰ ਲਾਹ ਕੇ, ਤਾਂ ਸਾਨੂੰ ਲੱਗਿਆ ਵੀ ਜਿਵੇਂ ਉਹਦੀ ਕਿਸੇ ਨੇ ਮਰਡਰ ਕੀਤਾ ਹੁੰਦਾ ਜੀ। ਹਾਂਜੀ, ਅਸੀਂ ਸਾਡਾ ਗਰੀਬ ਪਰਿਵਾਰ ਹੈ ਜੀ, ਅਤੇ ਜਿਹੜਾ ਮੁੰਡੇ ਦਾ ਡੈਡੀ ਹੈ ਨਹੀਂ ਜੀ, ਉਹੀ ਇਕੱਲਾ ਸੀਗਾ ਜੀ ਜਿਹੜਾ ਵਿਚਾਰਾ ਮਾਂ ਦਾ ਸਹਾਰਾ ਬਣਿਆ ਹੋਇਆ ਸੀਗਾ। ਕੀ ਮੰਗ ਕਰਦੇ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਹੜੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਜੀ। ਕਹਿੰਦੇ ਜੀ, ਬੰਗੀ ਨਿਹਾਲ ਸਿੰਘ ਜਿਹੜਾ ਪੁਲਿਸ ਸਟੇਸ਼ਨ ਰਾਮਾ ਦੇ ਅੰਡਰ ਪਿੰਡ ਪੈਂਦਾ ਹੈ, ਉੱਥੋਂ ਸਾਨੂੰ SHO ਰਾਮਾ ਨੂੰ ਫੋਨ ਆਇਆ ਕਿ ਇੱਕ ਘਰ ਦੇ ਨਾ ਗੁਰਲਾਲ ਸਿੰਘ ਜਿਨ੍ਹਾਂ ਦਾ ਨਾਂ ਹੈ, ਉਹਨਾਂ ਦੇ ਘਰ ਦੀ ਛੱਤ ਦੇ ਉੱਤੇ ਕਬੂਤਰਾਂ ਦਾ ਖੁੱਡਾ ਬਣਿਆ ਹੋਇਆ, ਉਹਦੇ 'ਚ ਇੱਕ ਬੰਦਾ ਜਿਹੜਾ ਹੈਗਾ ਉਹ ਪਿਆ ਹੋਇਆ ਲੰਮਾ, ਅਤੇ ਜਦੋਂ ਉਹਨਾਂ ਨੇ ਉਹਨੂੰ ਟਟੋਲ ਕੇ ਦੇਖਿਆ ਤਾਂ ਉਹ ਹੈ ਨਹੀਂ ਸੀ, ਜਿਉਂਦਾ ਨਹੀਂ ਸੀ। ਜਿਸ ਦੇ ਚੱਲਦੇ ਸਾਡੀ ਪੁਲਿਸ ਪਾਰਟੀ ਉੱਥੇ ਮੌਕੇ 'ਤੇ ਪਹੁੰਚੀ ਹੈ, ਅਤੇ ਪਤਾ ਲੱਗਾ ਕਿ ਉਹ ਜਿਹੜਾ ਮੁੰਡਾ ਸੀ 19-21 ਸਾਲਾਂ ਦਾ ਤਕਰੀਬਨ, ਇਹ ਉਹਨਾਂ ਦੇ ਹੀ ਗੁਆਂਢੀ ਸੀ ਜਿੱਥੋਂ ਲਾਸ਼ ਲੱਭੀ ਹੈਗੀ ਹੈ, ਭਗਵਾਨ ਸਿੰਘ ਪੁੱਤਰ ਪਹਾੜੀ ਸਿੰਘ। ਅਤੇ ਇਹ 16 ਤਰੀਕ ਦਾ ਘਰੋਂ ਕਹਿ ਕੇ ਗਿਆ ਕਿ ਮੈਂ ਹੁਣੇ ਆਉਂਦਾ, ਅਤੇ ਕੱਲ੍ਹ ਉਹਦੀ ਫਿਰ ਆਪਾਂ ਨੂੰ ਬੌਡੀ ਲੱਭੀ, ਜਿਸ ਦੇ ਚੱਲਦੇ ਆਪਾਂ ਅਣਪਛਾਤੇ ਵਿਅਕਤੀਆਂ 'ਤੇ 302 ਦਾ ਪਰਚਾ ਦਿੱਤਾ ਅਤੇ ਇਹਦੀ ਤਫਤੀਸ਼ ਕਰਦੇ ਪਏ।